ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਡੇਰਾ ਬਾਬਾ ਇੰਦਰਦਾਸ ਨਜ਼ਦੀਕ ਟਰਾਂਸਫਾਰਮਰ ਨਾਲ ਟਕਰਾਨ ਕਾਰਨ ਰੂਹ ਦੀਆਂ ਗੱਠਾਂ ਦੇ ਭਰੇ ਘੋੜੇ ਟਰਾਲੇ ਨੂੰ ਭਿਆਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਹਾਦਸੇ ਵਿੱਚ ਟਰੱਕ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਦੱਸ ਦਈਏ ਕਿ ਟਰੱਕ ਚਾਲਕ ਨੂੰ ਸਿਵਲ ਹਸਪਤਾਲ ਤਪਾ ਵਿਖੇ ਇਲਾਜ ਲਈ ਲਿਜਾਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਟਰਾਲੇ ਵਿੱਚ ਮਹਾਰਾਸ਼ਟਰ ਤੋਂ ਰੂਹ ਦੀਆਂ ਗੱਠਾਂ ਭਰ ਕੇ ਬਠਿੰਡਾ ਜਾ ਰਹੀਆਂ ਸੀ, ਜਦੋਂ ਟਰੱਕ ਤਪਾ ਵਿਖੇ ਓਵਰਬ੍ਰਿਜ ਉਤਰ ਕੇ ਟਰਾਲਾ ਸਰਵਿਸਿਜ਼ ਰੋਡ ਵਾਲੀ ਸਾਈਡ ਮੁੜਿਆ ਤਾਂ ਅਚਾਨਕ ਟਰਾਲੇ ਦਾ ਸੰਤੁਲਨ ਵਿਗੜ ਗਿਆ ਅਤੇ ਰੋਡ ਦੀ ਸਾਈਡ 'ਤੇ ਲੱਗੇ ਟਰਾਂਸਫਾਰਮਰ ਨਾਲ ਟਕਰਾ ਕੇ ਪਲਟ ਗਿਆ ਅਤੇ ਟਰਾਂਸਫਾਰਮਰ ਬਿਜਲੀ ਦੇ ਖੰਭਿਆਂ ਨਾਲੋਂ ਉਖੜ ਕੇ ਰੂਹ ਦੀਆਂ ਗੱਠਾਂ ਉੱਪਰ ਜਾ ਕੇ ਡਿੱਗਾ ਅਤੇ ਸਪਾਰਕਿੰਗ ਕਾਰਨ ਰੂਹ ਦੀਆਂ ਗੱਠਾਂ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਇਸ ਘਟਨਾ ਵਿੱਚ ਕਰੋੜਾਂ ਰੁਪਇਆਂ ਦਾ ਨੁਕਸਾਨ ਹੋ ਜਾਣ ਦਾ ਖਦਸ਼ਾ ਦੱਸਿਆ ਗਿਆ ਹੈ। ਘਟਨਾ ਵਿੱਚ ਜ਼ਖਮੀ ਹੋਏ ਚਾਲਕ ਨੂੰ ਤੁਰੰਤ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਜ਼ਰੀਏ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਪਾ ਮੰਡੀ ਤੋਂ ਅੱਜ ਦੀ ਆਵਾਜ਼ ਲਈ ਵਿਸ਼ਵਜੀਤ ਸ਼ਰਮਾ ਦੀ ਰਿਪੋਰਟ। ਰਾਤ ਨੂੰ 2:30 ਵਜੇ ਦੇ ਟਾਈਮ ਇੱਧਰਲੇ ਪਾਸੋਂ ਆਇਆ, ਜਿਹਦੇ ਵਿੱਚ ਰੂਮ ਭਰੀ ਹੋਈ ਸੀਗੀ। ਉਹ ਅਚਾਨਕ ਕਿਸੇ ਵਜ੍ਹਾ ਕਰਕੇ ਬਿਜਲੀ ਦੇ ਖੰਭਿਆਂ ਦੇ ਨਾਲ ਉਹ ਟਕਰਾ ਗਿਆ, ਪਰ ਮੌਕੇ 'ਤੇ ਪ੍ਰਸ਼ਾਸਨ ਵੀ ਪਹੁੰਚਿਆ, ਬਿਜਲੀ ਅਧਿਕਾਰੀ ਦੇ ਜੇਈ ਵਗੈਰਾ ਉਹ ਵੀ ਬਿਜਲੀ ਉਹਨਾਂ ਨੇ ਆ ਕੇ ਬੰਦ ਕਰਵਾਈ। ਇਸ ਤੋਂ ਇਲਾਵਾ ਜੋ ਫਾਇਰ ਬ੍ਰਿਗੇਡ ਆਪਣੇ ਤਪਾ ਮੰਡੀ ਦੇ ਵਿੱਚ ਸੀ, ਉਹਨਾਂ ਨੇ ਆ ਕੇ ਇਸ ਨੂੰ ਬੁਝਾਉਣਾ ਕੀਤਾ। ਜੋ ਗੱਡੀਆਂ ਵਾਰੀ ਵਾਰੀ ਆ ਰਹੀਆਂ ਨੇ, ਕਿਉਂਕਿ ਰੂਹ ਹੋਣ ਕਾਰਨ ਰੂਹ ਨੂੰ ਜੋ ਅੱਗ ਹੈ ਉਹ ਬਹੁਤ ਜ਼ਿਆਦਾ ਲੱਗੀ ਹੋਈ ਹੈ। ਨੁਕਸਾਨ ਕਿੰਨਾ ਕੁ ਹੋਇਆ ਹੈਗਾ? ਨੁਕਸਾਨ ਤਾਂ ਕਾਫੀ ਹੋ ਗਿਆ ਤਕਰੀਬਨ, ਜੋ ਰੂਹ ਦਾ ਰੂਹ ਤਾਂ ਬਹੁਤ ਮਹਿੰਗੀ ਕੋਸਟਲੀ ਚੀਜ਼ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ? ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ, ਉਹ ਵੀ ਜੋ ਐਂਬੂਲੈਂਸ ਤਪੇ ਦੀ ਸੀ ਲੋਕਲ, ਉਹਨੇ ਆ ਕੇ ਫਟਾਫਟ ਉਹ ਲੈ ਕੇ ਬੜੀ ਫੁਰਤੀ ਦੇ ਨਾਲ ਉਹਨੂੰ ਕੱਢ ਕੇ ਹੋਸਪਿਟਲ ਦੇ ਵਿੱਚ ਪਹੁੰਚਾਇਆ ਗਿਆ।